ਮੈਨੂੰ 15 ਦਿਨ ਤੋਂ ਫੀਵਰ ਹੋ ਰਿਹਾ ਸੀਗਾ ਤੇ ਮੈਨੂੰ ਸਾਹ ਲੈਣ 'ਚ ਵੀ ਇੱਕ ਹਫ਼ਤੇ ਤੋਂ ਬੜੀ ਦਿੱਕਤ ਹੋ ਰਹੀ ਸੀ, ਰਾਤੀ ਮੈਂ ਸੌ ਨਹੀਂ ਪਾ ਰਹੀ ਸੀ, ਆਕਸੀਜਨ ਦੀ ਦਿੱਕਤ ਹੋ ਰਹੀ ਸੀ, ਲੰਬੇ ਲੰਬੇ ਸਾਹ ਲੈ ਕੇ ਸਾਰੀ ਰਾਤ ਜਾਗਦੀ ਸੀ ਮੈਂ। ਫਿਰ ਮੈਂ ਡਾਕਟਰ ਸੁਮਿਤ ਭਾਰਤੀ ਜੀ ਨੇ ਜ਼ੀਰਕਪੁਰ ਤੋਂ ਉਹਨਾਂ ਨਾਲ ਗੱਲ ਕੀਤੀ, ਮੈਨੂੰ ਜਦੋਂ ਵੀ ਦਿੱਕਤ ਹੁੰਦੀ ਸੀ ਮੈਂ ਉਹਨਾਂ ਨਾਲ ਹੀ ਗੱਲ ਕਰਦੀ ਸੀ। ਫਿਰ ਮੈਂ ਆਈ, ਟੈਸਟ ਵਗੈਰਾ ਕਰਵਾਏ, ਪਹਿਲੀ ਵਾਰੀ ਰਿਪੋਰਟ ਠੀਕ ਆ ਗਈ, ਦੂਸਰੀ ਵਾਰੀ ਫਿਰ ਦਿੱਕਤ ਆ ਗਈ ਜ਼ਿਆਦਾ। ਫਿਰ ਉਹਨਾਂ ਨੇ ਐਡਮਿਟ ਹੋਣ ਨਾ ਸਿੱਖਿਆ, ਫਿਰ ਮੈਂ JP ਹੋਸਪਿਟਲ ਵਿੱਚ ਐਡਮਿਟ ਹੋਈ ਅਤੇ ਉਸ ਦਿਨ ਤੋਂ ਮੈਂ ਜਿਸ ਦਿਨ ਐਡਮਿਟ ਹੋਈ ਥਰਸਡੇ ਨੂੰ, ਉਸ ਦਿਨ ਤੋਂ ਮੇਰਾ ਫੀਵਰ ਠੀਕ ਸੀਗਾ। ਉਹਨਾਂ ਨੇ ਕਾਫੀ ਅੱਛੇ ਤਰੀਕੇ ਨਾਲ ਮੇਰਾ ਟ੍ਰੀਟਮੈਂਟ ਕੀਤਾ, ਸੁਮਿਤ ਭਾਰਤੀ ਜੀ ਨੇ ਕਾਫੀ ਮੈਨੂੰ ਫਰਕ ਲੱਗਾ, ਪੂਰਾ ਐਕਸਪਲੇਨ ਕਰਕੇ ਦੱਸਿਆ ਉਹਨਾਂ ਨੇ ਮੈਨੂੰ ਵੀ ਮੇਰੇ ਅੰਦਰ ਕੀ ਦਿੱਕਤ ਹੈ, ਇਸ ਵਜ੍ਹਾ ਤੋਂ ਇਨਫੈਕਸ਼ਨ ਵੱਧ ਰਹੀ ਹੈ ਘੱਟ ਰਹੀ ਹੈ, ਜੋ ਵੀ ਉਹਨਾਂ ਨੇ ਕਲੀਅਰ ਕੀਤਾ ਮੇਰੇ ਨਾਲ। ਹੁਣ ਅੱਜ ਮੈਂ ਬਿਲਕੁਲ ਠੀਕ ਹਾਂ, ਅੱਜ ਮੈਨੂੰ ਡਿਸਚਾਰਜ ਹੋ ਗਿਆ, ਮੈਂ ਘਰ ਜਾ ਰਹੀ ਹਾਂ ਅਤੇ ਬਿਲਕੁਲ ਓਕੇ ਹਾਂ।